ਜਾਬ ਸਰਕਾਰ ਵੱਲੋਂ ਜਿੱਥੇ ਮਾਈਨਿੰਗ ਬੰਦ ਕਰ ਦਿੱਤੀ ਗਈ ਹੈ ਲੇਕਿਨ ਮੋਗਾ ਦੇ ਧਰਮਪੋਟ ਦੇ ਵਿੱਚ ਮਾਈਨਿੰਗ ਸਰਿਆਮ ਚੱਲ ਰਹੀ ਹੈ ਤੁਹਾਨੂੰ ਉਸ ਟਾਈਮ ਦਿਖਾਵਾਂਗੇ ਕਿ ਅਸੀਂ ਮਾਈਨਿੰਗ ਦੇ ਜਿਹੜਾ ਹੈ ਕਿ ਇੱਥੇ ਮਾਈਨਿੰਗ ਕੀਤੀ ਜਾ ਰਹੀ ਹੈ ਕਿਸਾਨ ਵੱਲੋਂ ਆਪਣੇ ਖੇਤ ਦੇ ਵਿੱਚ 35 ਤੋਂ 30 ਫੁੱਟ ਦੇ ਵਿੱਚ ਜਿਹੜੀ ਹੈ ਮਾਈਨਿੰਗ ਕੀਤੀ ਜਾ ਰਹੀ ਹੈ ਦੇਰ ਰਾਤ ਨੂੰ ਉਹਨਾਂ ਵੱਲੋਂ ਮਾਈਨਿੰਗ ਕੀਤੀ ਜਾ ਰਹੀ ਹੈ ਇੱਥੇ ਲੋਕੀ ਵੀ ਮੌਜੂਦ ਹਨ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਜੀ ਇੱਥੇ ਮਾਈਨਿੰਗ ਹੁੰਦੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਜੀ ਇਹ ਬਹੁਤ ਵੱਡੀ ਪੱਧਰ ਤੇ ਮਾਈਨਿੰਗ ਹੁੰਦੀ ਹੈ ਅੱਜ ਤੋਂ 8 ਮਹੀਨੇ ਪਹਿਲਾਂ ਆ ਜਿਸ ਦੇ ਇਹਨਾਂ ਨੂੰ ਲੋਕ ਪੰਜਾਬ ਦੇ ਲੋਕਾਂ ਵੱਲੋਂ ਬਹੁਤ ਵੱਡਾ ਮੰਡਟ ਵੀ ਦਿੱਤਾ ਗਿਆ ਤਾਂ ਕਿ ਵੀ ਸਾਡੀ ਜ਼ਿੰਦਗੀ ਬਿਹਤਰ ਬਣ ਸਕੇ ਪਰ ਇਸ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਹ ਕੁਝ ਕਾਲਾ ਬੁਜਾਰੀ ਕਰਕੇ ਲੋਕਾਂ ਵੱਲੋਂ 30 35 ਫੁੱਟ ਤੱਕ ਨਜਾਇਜ਼ ਮਾਈਨਿੰਗ ਕਰਕੇ ਭਾਰੀ ਰੇਟਾਂ ਤੇ ਰੇਤ ਨੂੰ ਵੇਚਿਆ ਜਾ ਰਿਹਾ ਸਰਕਾਰੀ ਖੱਡਾਂ ਇੱਥੇ ਲਾ ਕੇ ਬੰਦ ਪਈਆਂ ਵਾਂ ਸਾਰੀਆਂ ਤਾਂ ਕਿ ਜੇ ਸਰਕਾਰੀ ਖੱਡਾਂ ਚੱਲਣ ਦਾ ਟੈਕਸ ਦਾ ਪੈਸਾ ਸਰਕਾਰੀ ਖਜ਼ਾਨੇ ਵਿੱਚ ਚ ਜਾਵੇ ਤੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣ ਸਕੇ ਤੇ ਪ੍ਰਸ਼ਾਸਨ ਨਹੀਂ ਕੁਝ ਦੇਖਦਾ ਇੱਥੇ ਆ ਕੇ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਜੀ ਬਿਲਕੁਲ ਕੰਮ ਕਰਨੀ ਨੀਂ ਸੁੱਤਾ ਪਿਆ ਕੋਈ ਨਹੀਂ ਇੱਥੇ ਦੇਖਦਾ ਹੈਗਾ ਤੁਹਾਨੂੰ ਇਹ ਨਹੀਂ ਲੱਗਦਾ ਕਿ ਤੇ ਪ੍ਰਸ਼ਾਸਨ ਦੀ ਮਿਹਲੇ ਭੁਗਤ ਹੈ ਜੇ ਸਾਰੇ ਉਸੇ ਬਿਲਕੁਲ ਜੀ ਪ੍ਰਸ਼ਾਸਨ ਦੀ ਮਿਹਲੇ ਭਗਤ ਬਣਾ ਹੋਈ ਨਹੀਂ ਸਕਦਾ ਜੀ ਤੇ ਜੇ ਅਗਰ ਇੱਥੇ ਮਾਈਨਿੰਗ ਬੰਦ ਹੋ ਜਾਏ ਤੇ ਆਮ ਲੋਕਾਂ ਨੂੰ ਰੇਤਾ ਵੀ ਸਸਤਾ ਮਿਲੇ ਜਿਹੜਾ ਰੇਤਾ ਹੈ ਉਹ ਵੀ ਸਸਤਾ ਮਿਲੂਗਾ ਤੇ ਕੀ ਕਹੋਗੇ ਤੁਸੀਂ ਬਿਲਕੁਲ ਜੇ ਜਾਇਜ਼ ਖੱਡਾ ਵਾ ਜਿਹੜੀਆਂ ਉਹਨੂੰ ਬਹੁਤ ਤਰੀਕੇ ਨਾਲ ਚਲਾ ਕੇ ਲੀਗਲ ਤਰੀਕੇ ਨਾਲ ਚਲਾ ਕੇ ਲੋਕਾਂ ਨੂੰ ਬਿਲਕੁਲ ਸਸਤੇ ਰੇਟਾਂ ਦੇ ਰਿਤਾ ਦਿੱਤਾ ਜਾਵੇ ਜਿਸ ਨਾਲ ਦੂਰ ਫਾਇਦਾ ਹੋ ਸਕਦਾ ਵਾ ਇੱਕ ਤਾਂ ਸਰਕਾਰ ਨੂੰ ਵੀ ਉਤੋਂ ਪੈਸਾ ਆਮਦਨ ਆ ਸਕਦੀ ਹੈ ਤੇ ਆਮ ਲੋਕਾਂ ਨੂੰ ਆ ਗਰੀਬ ਨੂੰ ਵੀ ਘਰ ਪਹੁੰਚ ਸਕਿਆਈ ਹੋਊਗੀ ਤਾਂ ਬਿਲਕੁਲ ਕੰਟਰੋਲ ਰੇਟ ਤੇ ਰੇਤਾ ਮਿਲੂਗਾ ਚੰਨੀ ਸਰ ਚੰਨੀ ਸਰਕਾਰ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਰੇਤਾ ਸਸਤਾ ਕਰ ਦਿੱਤਾ ਗਿਆ ਲੇਕਿਨ ਹੁਣ ਰੇਤਾ ਉਸੇ ਰੇਟ ਵਿਕਰੇ ਕੀ ਰੇਟ ਵਿਕਰੇ ਰੇਤਾ ਹੁਣ ਹੁਣ 30 35000 ਦਾ ਟਰਾਲਾ ਵਾ ਜਿਹੜਾ ਕਾਲੀ ਸਰਕਾਰ ਸਮੇ 7 8000 ਦਾ ਸੀਗਾ ਉਦੋਂ ਵੀ ਕਹਿੰਦੇ ਬਹੁਤ ਵੀ ਬਹੁਤ ਇਹ ਮਾਈਨਿੰਗ ਕਰਦੇ ਆ ਬਹੁਤ ਕਾਲਾ ਬਿਜਾਰੀ ਕਰਦੇ ਜਦੋਂ 7-8000 ਦਾ ਇਹ ਅੱਜ 30-35000 ਦਾ ਮਿਲ ਰਿਹਾ ਵਾ ਉਹ ਤੁਸੀਂ ਆਪ ਹੀ ਹਿਸਾਬ ਲਾ ਲਓਗੇ 30-35000 ਵਾਲੇ ਕਾਲਾ ਬਿਜਾਰੀ ਸੀ ਜਾਂ 7-8000 ਵਾਲੇ ਕਾਲਾ ਬਿਜਾਰੀ ਸੀ ਤੇ ਹੁਣ ਕੀ ਕਹਿਣਾ ਚਾਹੋਗੇ ਸਾਡੀ ਸਰਕਾਰ ਹੈ ਬਿਲਕੁਲ ਕੁੰਮ ਕਰਨੀ ਨੀਂਦ ਸੁੱਤੀ ਪਈ ਹੈ ਕੁਝ ਵੀ ਨਹੀਂ ਕੰਮ ਕਰ ਰਹੀ ਤੇ ਪ੍ਰਸ਼ਾਸਨ ਮਿੱਲੀ ਭੁਗਤ ਨਾਲ ਕੰਮ ਚੱਲਦਾ ਸਾਰਾ ਕੀ ਕਹੋਗੇ ਦੇਖੋ ਜੀ 8 ਮਹੀਨੇ ਹੋ ਗਏ ਉਦੋਂ ਦੇ ਮਾਈਨਿੰਗ ਮੰਤਰੀ ਸਾਡੇ ਕਹਿ ਰਹੇ ਅਸੀਂ ਇੱਕ ਵਾਰੀ ਖੱਡਾਂ ਬੰਦ ਕਰਕੇ ਇਹਨਾਂ ਨੂੰ ਲੀਗਲ ਤਰੀਕੇ ਨਾਲ ਚ ਚਲਾ ਚਲਾਵਾਂਗੇ ਪਰ 8-9 ਮਹੀਨੇ ਦੇ ਵਿੱਚ ਉਹਨਾਂ ਨੂੰ ਲੀਗਲ ਕਰ ਹੀ ਨਹੀਂ ਸਕੇਗੇ ਹੋਰ ਕਿੰਨਾ ਟਾਈਮ ਚਾਹੀਦਾ ਹੋਰ 5 ਸਾਲ ਚਾਹੀਦੇ ਲੀਗਲ ਕਰਨ ਨੂੰ ਇਸ ਕਰਕੇ ਮੰਗ ਕਰਦੇ ਹਾਂ ਵੀ ਉਹਨਾਂ ਨੂੰ ਫੌਰੀ ਤੌਰ ਤੇ ਤੁਰੰਤ ਸਰਕਾਰ ਧਿਆਨ ਦੇਵੇ ਇਹ ਗੁਜਰਾਤ ਤੋਂ ਵਾਪਸ ਆ ਗਏ ਆ ਹੁਣ ਉੱਥੇ ਵੋਟਾਂ ਨਿਬੜ ਗਈਆਂ ਵਾ ਤੇ ਇੱਥੇ ਆ ਕੇ ਮਾਈਨਿੰਗ ਪਾਲਿਸੀ ਜਿਹੜੀ ਪਾਲਿਸੀ ਕਹਿੰਦੇ ਸੀ ਬਣਾਉਣੀ ਆ ਪਹਿਲੇ ਹੀ ਸਰਕਾਰਾਂ ਤੋਂ ਪਾਲਿਸੀ ਨਹੀਂ ਬਣੀ ਇਹਨਾਂ ਦਾ ਵੱਧ ਦਿਮਾਗ ਸੀਗੇ ਉਹ ਦਿਮਾਗ ਹੁਣ ਕਿੱਥੇ ਚਲੇ ਗਿਆ ਕੇਜਰੀਵਾਲ ਦਾ ਉਹ ਦਿਮਾਗ ਜਿਹੜਾ ਕਹਿੰਦਾ ਸੀ ਮੈਂ 20000 ਕਰੋੜ ਰੁਪਈਆ ਕਮਾਉਂਗਾ ਮਾਈਨਿੰਗ ਦੇ ਤੋਂ ਉਹ ਅੱਜ ਆਕ ਮਾਰੇ ਆ ਲੋਕ ਮਾਰੇ ਆ ਕਾਲਾ ਬਜਾਰੀ ਵਾਲੇ ਤੇ ਲੋਕਾਂ ਨੂੰ ਮਿਲ ਰਿਹਾ 30 35000 ਦਾ ਸਰਕਾਰ ਦੀ ਪੈਸਾ ਇੱਕ ਜੀਰੋ ਆਮਦਨ ਭਾਈ ਜੀ ਕੀ ਕਹਿਣਾ ਚਾਹੂਗੇ ਜਿਹੜੀ ਸਰਕਾਰ ਵੱਲੋਂ ਜਿਹੜੀ ਮਾਈਨਿੰਗ ਰੋਕ ਲਈ ਗਈ ਸੀ ਤੇ ਮਾਈਨਿੰਗ ਹਜੇ ਵੀ ਹੋ ਰਹੀ ਹੈ ਮਾਈਨਿੰਗ ਜੀ ਸਰ ਇਹ ਇਹ ਉਦੋਂ ਵੱਧ ਹੋ ਰਹੀ ਜੀ ਹੁਣ ਜਾਇਜ ਮਾਈਨਿੰਗ ਜਿਹੜਾ ਪ੍ਰਸ਼ਾਸਨ ਆ ਉਹ ਕੰਮ ਕਰਨ ਦੀ ਨੂੰ ਸੁੱਤਾ ਪਿਆ ਵਾ ਉਹਨਾਂ ਦਾ ਕੋਈ ਧਿਆਨ ਨਹੀਂ ਸਰਕਾਰ ਜਿਹੜੀ ਬਾਹਰਲੇ ਸਟੇਟਾਂ ਦੇ ਵਿੱਚ ਇਲੈਕਸ਼ਨ ਲੜਨ ਵਾਸਤੇ ਸਾਡੇ ਸਾਰੇ ਲੀਡਰ ਗਏ ਹੋਏ ਨਾ ਲੀਡਰਾਂ ਦਾ ਧਿਆਨ ਨਾ ਸਰਕਾਰ ਦਾ ਵਾ ਬਸ ਇੱਕ ਇਹ ਇੱਕ ਦੂਜੇ ਤੇ ਧੱਬੇ ਲਾਈ ਜਾਂਦੇ ਤੇ ਮਾਈਨਿੰਗ ਹੁਣ ਇਸ ਟਾਈਮ ਤਾਂ ਬੰਦ ਹੈ ਕਦੋਂ ਫਿਰ ਹੁੰਦੀ ਕਦੋਂ ਮਾਈਨਿੰਗ ਇਹ ਰਾਤ ਨੂੰ ਹੁੰਦੀ ਜੀ 12 1 ਵਜੇ ਦੇ ਕਰੀਬ ਰਾਤ ਨੂੰ ਹੁੰਦੀ ਪੋਪਲੈਨ ਨਾਲ ਜੀਬੀਸੀ ਨਾਲ ਇਸ ਕਰਕੇ ਜਿਹੜਾ ਪ੍ਰਸ਼ਾਸਨ ਆ ਪ੍ਰਸ਼ਾਸਨ ਦਾ ਵੀ ਇਹਦੇ ਵਿੱਚ ਹੀ ਸਹਿਪੱਤੀ ਹੋਊਗਾ ਕਾਲਾ ਬਾਜ਼ਾਰੀ ਦੇ ਵਿੱਚ ਇਸ ਕਰਕੇ ਉਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਵੇਖ ਲਓ ਦਿਨ ਦੀ ਵੀ ਖੱਡਾਂ ਆਪਣੇ ਉਦਾਂ ਹੀ ਚੱਲਦੀਆਂ ਨਹੀਂ ਤਾਂ ਬੰਦ ਕਰ ਦਿੱਤੀਆਂ ਜਾਣ ਸਵੇਰ ਨੂੰ ਦਿਨ ਦੀ ਵੀ ਚੱਲਦੀ ਇਹ ਆਮ ਜੇ ਰੇਤਾ ਸਸਤਾ ਹੋ ਜੇ ਤੇ ਆਮ ਲੋਕਾਂ ਨੂੰ ਕਿੰਨੀ ਕੋ ਸੁਖਾਲਤ ਹੋਗੀ ਤੇ ਹੁਣ ਰੇਤਾ ਕਿੰਨਾ ਕਿ ਮਹਿੰਗਾ ਵਿਕ ਰਿਆ ਹੁਣ ਤਾਂ ਰੇਤਾ ਜੀ ਹਰ ਇੱਕ ਗਰੀਬ ਦੀ ਪਹੁੰਚ ਤੋਂ ਬਾਹਰ ਹਰ ਇੱਕ ਬੰਦੇ ਦੀ ਪਹੁੰਚ ਤੋਂ ਬਾਹਰ ਤੇ ਜੇ ਸਰਕਾਰ ਇਸ ਵੱਲ ਧਿਆਨ ਦੇਵੇ ਤੇ ਰੇਤਾ ਹਰ ਇੱਕ ਬੰਦੇ ਨੂੰ ਸਸਤਾ ਮਿਲ ਜੇ ਜਿਹੜਾ ਉਦੋਂ 5-7000 ਨੂੰ ਟਰਾਲਾ ਮਿਲਦਾ ਸੀ ਹੁਣ 30-35000 ਨੂੰ ਮਿਲਦਾ ਤੇ ਕੀ ਮੰਗ ਕੀ ਕਰੋਗੇ ਤੁਸੀਂ ਮੰਗ ਸਰਕਾਰ ਤੋਂ ਕਰਦੇ ਵੀ ਜਿਹੜੇ ਇਹ ਨਜਾਇਜ਼ ਗੋਗੁਰਕ ਧੰਦਾ ਕਰਦੇ ਆ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਰਕਾਰੀ ਖੱਡਾਂ ਚਲਾਈਆਂ ਜਾਣ ਜੋ ਕਿ ਲੋਕਾਂ ਨੂੰ ਰੇਤਾ ਸਸਤਾ ਮਿਲੇ ਇਹ ਸੀ ਆਮ ਲੋਕ ਕੀ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਮਾਈਨਿੰਗ ਖੋਲਦੀ ਤੀ ਜਾਣੀ ਚਾਹੀਦੀ ਹੈ ਤੇ ਜਿਹੜਾ ਅਗਰ ਮਾਈਨਿੰਗ ਖੋਲਦੀ ਆ ਤਾਂ ਉਹਨਾਂ ਦੇ ਸਰਕਾਰੀ ਖਜ਼ਾਨੇ ਦੇ ਵਿੱਚ ਵੀ ਫਾਇਦਾ ਹੋਵੇਗਾ ਅਤੇ ਜਿਹੜੇ ਨਜਾਇਜ਼ ਮਾਈਨਿੰਗ ਕਰਦੇ ਉਹਨਾਂ ਉੱਪਰ ਕਾਬੂ ਪਾਣਾ ਚਾਹੀਦਾ ਹੈ ਪੰਜਾਬ ਕੇ ਸੀ ਜਗਬਾਨੀ ਟੀਮ ਲਈ ਮੋਗਾ ਤੋਂ ਕੋਸ਼ਿਸ਼ ਸਿੰਘਲਾ ਦੀ